ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦਾ ਜੀ ਤੁਸੀਂ ਸਾਰੇ ਵਧੀਆ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਅੱਜ ਆਪਣਾ ਅੱਜ ਤੁਹਾਨੂੰ ਥੋੜ੍ਹਾ ਬਹੁਤ ਦਿਖਾਵਾਂਗੇ ਕਿ ਦਿਨ ਸ਼ੁਰੂ ਹੋ ਗਿਆ ਆਪਣਾ, ਹੁਣ ਅਸੀਂ ਜਾਣਾ ਹੈ ਕੰਮ 'ਤੇ। ਕੰਮ ਅੱਜ ਕਰਨ ਜਾਣਾ ਹੈ ਕੈਨੇਡਾ ਪੋਸਟ ਦੇ ਲਈ ਡਿਲੀਵਰੀ। ਟਾਈਮ ਹੋ ਗਿਆ 8:30 ਸਵੇਰ ਦੇ, 3-4 ਘੰਟਿਆਂ ਦਾ ਕੰਮ ਆ, ਕੁਝ ਖਾਸਾ ਕੰਮ ਨਹੀਂ, 100 ਕੁ ਪਾਰਸਲ ਡਿਲੀਵਰ ਕਰਨਾ ਬਸ, ਫਿਰ ਆਪਾਂ ਘਰਾਂ ਨੂੰ ਚੱਲ ਜਾਣਾ ਹੈ। ਪਹੁੰਚਦਾ ਮੈਂ ਗਿਆ ਪਲਾਂਟ 'ਤੇ, ਹੁਣ ਮੈਨੂੰ ਅੰਦਰ ਦਾ ਪਤਾ ਨਹੀਂ ਵੀ ਮੈਂ ਕੈਮਰਾ ਲੈ ਕੇ ਜਾ ਸਕਦਾ ਕਿ ਨਹੀਂ, ਅਤੇ ਆਪਾਂ ਰਹਿਣ ਦਿੰਦੇ ਹਾਂ ਅੱਜ। ਮੈਂ ਹੁਣ ਅੰਦਰ ਜਾ ਕੇ ਦੇਖਾਂ ਕਿੰਨਾ ਕੁ ਕੰਮ ਹੈ। ਆਪਾਂ ਨੂੰ ਅੰਦਰ ਚਾਹੀਦੀ ਇੱਕੋ ਮੇਨ ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ, ਮੇਨ ਇੱਕ ਚਾਹੀਦੀ ਆ ਗੱਡੀ ਆਪਣੀ ਹੋ ਗਈ ਆ ਲੋਡ। ਹੁਣ ਆਪਾਂ ਬੂਟ ਬਦਲੀਏ, ਇੱਥੇ ਅੰਦਰ ਪਾਉਣੇ ਪੈਂਦੇ ਨੇ ਆਪਾਂ ਨੂੰ ਸਟੀਲ ਟੋ, ਅਤੇ ਫਿਲਹਾਲ ਇੱਦਾਂ ਹੀ ਪਿੱਛੇ ਛੱਡ ਦਿੰਦੇ ਹਾਂ, ਬਾਅਦ ਵਿੱਚ ਚੁੱਕ ਲਵਾਂਗੇ ਜਦੋਂ ਗੱਡੀ ਖਾਲੀ ਹੋਏਗੀ। ਤੁਹਾਨੂੰ ਮੈਂ ਦਿਖਾਉਂਦਾ ਗੱਡੀ ਕਿੰਨੀ ਭਰ ਗਈ। ਅੱਜ ਆਪਣੇ ਕੋਲ 90 ਕੁਛ ਆ ਪਾਰਸਲ, ਅਤੇ ਸਹੀ ਸਹੀ ਆਪਾਂ ਨੂੰ ਲਗਭਗ 1.25 ਘੰਟਾ ਹੋ ਹੀ ਗਿਆ ਲੋਡ ਲਾਡ ਕਰਦੇ ਨੂੰ ਸਾਰਾ ਕੁਛ। ਅਤੇ ਹੁਣ 90 ਪਾਰਸਲ ਆ, ਇਹਨਾਂ ਨੂੰ ਮੈਕਸੀਮਮ 9:15 ਹੋਏ ਆ, ਆਪਾਂ 12:15 ਤੱਕ ਵਿਹਲੇ ਹੋ ਜਾਣਾ। ਭਰ ਲਿਆ, ਇਹ ਹੈਗਾ ਮੇਨ ਪਲਾਂਟ ਕੈਨੇਡਾ ਪੋਸਟ ਦਾ, ਜਿੱਥੇ ਕਿ ਸਾਰਾ ਸਮਾਨ ਪਾਰਸਲ ਚਿੱਠੀਆਂ ਸ਼ਹਿਰ ਤੋਂ ਬਾਹਰੋਂ ਪ੍ਰਿੰਸ ਜੋਰਜ ਦੇ ਅੰਦਰ ਆਉਂਦੀਆਂ ਨੇ, ਫਿਰ ਇੱਥੋਂ ਸਾਰਾ ਸੋਰਟ ਹੋ ਕੇ, ਅਤੇ ਅਸੀਂ ਹੈਗੇ ਹਾਂ ਕੋਂਟਰੈਕਟਰ ਕੰਬਾਈਨਡ ਅਰਬਨ ਸਰਵਿਸਿਸ ਵਾਲੇ CUS ਵਾਲੇ, ਅਤੇ ਅਸੀਂ ਇੱਥੋਂ ਹੀ ਪਾਰਸਲ ਚੁੱਕਣੇ ਨੇ, ਅਸੀਂ ਇੱਧਰ ਹੀ ਡੀਲ ਕਰਨਾ ਜ਼ਿਆਦਾਤਰ। ਅਤੇ ਹੁਣ ਮੇਨ ਇੱਕ ਜਾਣਾ ਹੈ ਸਟੇਸ਼ਨ ਏ ਆ ਸਿਟੀ ਦੇ ਅੰਦਰ, ਜਿਹੜਾ ਪੋਸਟ ਆਫਿਸ ਆ, ਉੱਥੇ ਕਈ ਵਾਰ 2-4-3-5 ਪੈਕੇਜ ਨਿਕਲ ਆਉਂਦੇ ਨੇ, ਅਤੇ ਉਹ ਜਿੱਦਾਂ ਆਪਣੀ ਜ਼ਿੰਮੇਵਾਰੀ ਹੁੰਦੀ ਆ ਵੀ ਆਪਣੇ ਰਾਊਟ ਦੇ ਪੈਕੇਜ ਉੱਥੋਂ ਚੁੱਕ ਕੇ, ਅਤੇ ਉਹਨੂੰ ਡਿਲੀਵਰ ਜਦੋਂ ਜੀ ਕਰੇਗਾ ਉਦੋਂ ਕਰ ਦਿਆਂਗੇ। ਅਤੇ ਆਹ ਜਿਹੜਾ ਆਪਾਂ ਜਗਾੜ ਸਵੇਰੇ ਬਣਾਇਆ ਸੀ, ਇਹ ਹੈਗਾ ਇਹ ਕੇਲਾ, ਓਟਸ ਅਤੇ ਦੁੱਧ, ਬਹੁਤ ਵਧੀਆ ਚੀਜ਼ ਹੈ, ਹਾਈਲੀ ਰਿਕਮੈਂਡਡ। ਅਤੇ ਹੁਣ ਬ੍ਰੇਕਫਾਸਟ ਹੋ ਗਿਆ ਇੱਕ ਹਿਸਾਬ ਦਾ, ਹੁਣ ਨਾ ਘਰ ਦੇ ਆ ਇੱਥੇ, ਠੀਕ ਆ, ਮੰਮੀ ਇੱਥੇ ਹੁੰਦੀ ਤਾਂ ਤਾਂ ਵੀ ਰੋਟੀਆਂ ਲਾ ਦਿੰਦੀ ਹੈ ਨਾ ਸਵੇਰੇ ਸਵੇਰੇ ਖਾ ਕੇ ਆਉਂਦੇ, ਅਤੇ ਵਿਆਹ ਹਾਲੇ ਹੋਇਆ ਨਹੀਂ, ਠੀਕ ਆ ਜੀ, ਕਿਸੇ ਨੂੰ ਕਹਿਣ ਜੋਗੇ ਨਹੀਂ ਹਾਲੇ, ਚਲੋ ਉਹ ਬਾਅਦ ਦੀਆਂ ਗੱਲਾਂ ਨੇ। ਇਹ ਹੈਲਦੀ ਵੀ ਆ, ਇਹ ਸਵਾਦ ਵੀ ਬੜਾ। ਇਹਨੇ ਆਪਣੇ ਕਢਾ ਦੇਣੇ ਨੇ 3-4 ਘੰਟੇ, ਮਤਲਬ ਕਿ ਜੋ ਤੱਕ ਆਹ ਕੰਮ ਕਰਨਾ ਹੈ ਉਹ ਤੱਕ ਆਪਾਂ ਨੂੰ 4 ਪੈਕੇਜ ਇੱਥੋਂ ਹੋਰ ਮਿਲ ਗਏ ਨੇ, ਜੋ ਕਿ ਨਾਟ ਬਿਗ ਡੀਲ, ਏਰੀਏ ਦੇ ਵਿੱਚ ਹੀ ਜਾਣੇ ਨੇ ਸਾਰੇ। ਹੁਣ ਆਪਾਂ ਡਿਲੀਵਰੀਆਂ ਸ਼ੁਰੂ ਕਰ ਦੇਣੀਆਂ, 2-4 ਚੀਜ਼ਾਂ ਨੇ ਜਿਹੜੀਆਂ ਦੱਸਣੀਆਂ ਨੇ, ਉਹ ਹੈਗੀਆਂ ਨੇ ਆਪਣੇ ਕੋਲ ਆਹ ਮਸ਼ੀਨ ਹੁੰਦੀ ਹੈ, ਇਹ ਕੈਨੇਡਾ ਪੋਸਟ ਦੀ ਆ ਮਸ਼ੀਨ, ਇਹਦੇ 'ਚ ਜਿੱਦਾਂ ਸਕੈਨਰ ਸਕੂਨਰ ਲੱਗੇ ਨੇ, ਅਤੇ ਇਹਦੇ ਨਾਲ ਹੀ ਸਕੈਨ ਕਰਕੇ, ਅਤੇ ਇਹ ਸੈਟੇਲਾਈਟ 'ਤੇ ਆ ਇਹ ਚੀਜ਼, ਅਤੇ ਆਪਾਂ ਜਿੱਥੇ ਵੀ ਜੋ ਵੀ ਸਕੈਨ ਕਰਦੇ ਹਾਂ ਇਹ ਆਪਣਾ ਇੱਕ ਉਹ GPS ਟਰੈਕ ਛੱਡ ਦਿੰਦਾ ਵੀ ਇਹ ਚੀਜ਼ ਇੱਥੇ ਸਕੈਨ ਹੋਈ ਆ। ਅਤੇ ਅੱਜ ਕੱਲ੍ਹ ਬਸ ਪੈਕੇਜ ਰੱਖਣਾ ਹੈ, ਨੋਕ ਕਰਨਾ ਹੈ ਅਤੇ ਭੱਜ ਜਾਣਾ ਹੈ, ਦੈਟਸ ਆਲ। ਕੁਛ ਨਹੀਂ ਆ, ਪੈਂਡੈਮਿਕ ਕਰਕੇ COVID-19 ਹੈ ਨਾ, ਕਰੋਨਾ ਵਾਇਰਸ, ਉਹਦੇ ਕਰਕੇ ਹੁਣ ਈਜ਼ ਆ, ਅਤੇ ਬਸ ਮਤਲਬ ਬੰਦੇ ਨਾਲ ਇੰਟਰੈਕਸ਼ਨ ਨਹੀਂ ਕਰਨੀ, ਜੇ ਬੰਦਾ ਮੰਨ ਲਓ ਦੇਖ ਵੀ ਪਿਆ ਘਰੇ ਆਪਾਂ ਨੂੰ, ਅਤੇ ਉਹਦੇ ਨਾਲ ਮੇਕ ਸ਼ੋਰ ਵੀ ਆਪਾਂ ਸੋਸ਼ਲ ਡਿਸਟੈਂਸ 'ਤੇ ਰਹਿਣਾ, ਅਤੇ ਸਿਗਨੇਚਰ ਨਹੀਂ ਲੈਣਾ ਕਿਸੇ ਕੋਲ, ਜਿਹੜਾ ਸਿਗਨੇਚਰ ਵਾਲਾ ਪੈਕੇਜ ਉਹ ਆਪਾਂ ਡਰੋਪ ਕਰ ਸਕਦੇ ਹਾਂ, ਸੇਫ ਡਰੋਪ ਕਰ ਸਕਦੇ ਹਾਂ ਈਜ਼ੀਲੀ। ਅਤੇ ਜਿਹੜੇ 19+ ਆ, ਜਿਨ੍ਹਾਂ ਲਈ ਏਜ ਕਨਫਰਮੇਸ਼ਨ ਕਸਟਮ, ਜਿਨ੍ਹਾਂ ਲਈ ਇੰਟਰੈਕਸ਼ਨ ਜ਼ਰੂਰੀ ਆ, ਉਹ ਸਿਰਫ ਅਤੇ ਸਿਰਫ ਕਾਰਡ ਹੋਣਗੇ, ਕਿਉਂਕਿ ਜਿਹੜੀ ਸਾਡੀ ਮਸ਼ੀਨ ਆ
ਜਿਹੜੀ ਆ ਮਸ਼ੀਨ ਆ ਨਾ ਇਹ ਮਸ਼ੀਨ ਅਲਾਉ ਨਹੀਂ ਕਰਦੀ ਹੈਗੀ ਉਹ ਵਾਲੇ ਪੈਕੇਜ ਡਿਲੀਵਰ ਕਰਨ ਨੂੰ। ਆ ਪਹਿਲੀ ਡਿਲੀਵਰੀ ਵਾਲੇ ਘਰ 'ਚ ਪਹੁੰਚ ਗਏ ਆ, ਜਿੱਥੋਂ ਮੈਂ ਮੁੜਨਾ ਹੁੰਦਾ ਉੱਥੇ ਮੈਂ ਡਰਾਈਵੇ 'ਚ ਹੀ ਪਾ ਲੈਂਦਾ ਹੁੰਦਾ ਗੱਡੀ, ਸੌਖਾ ਰਹਿੰਦਾ ਕੰਮ। ਆ ਰਿਹਾ ਉਹਨਾਂ ਦਾ ਪੈਕੇਜ, ਲਓ ਜੀ ਪਹਿਲੀ ਡਿਲੀਵਰੀ ਹੋ ਗਈ ਸਕਸੈਸ। ਅਤੇ ਆਹ ਹੁਣ ਮੀਂਹ ਲੱਗਾ ਏ, ਬਸ ਇਹ ਮੇਕ ਸ਼ੋਰ ਕਰਨਾ ਵੀ ਪੈਕੇਜ ਗਿੱਲਾ ਨਾ ਹੋਵੇ ਬਾਹਰ ਪਿਆ ਕਿਤੇ, ਅਤੇ ਰੱਖ ਕਿਤੇ ਵੀ ਸਕਦੇ ਆ। ਆਹ ਵਾਲੇ ਪੈਕੇਜ ਦੀ ਮੈਂ ਗੱਲ ਕਰ ਰਿਹਾ ਸੀ, ਇਹ ਹੈਗਾ 19+ ਸਿਗਨੇਚਰ, ਅਤੇ ਇਹਨੂੰ ਫਿਰ ਆਪਾਂ ਪਿਕਅਪ ਵਾਸਤੇ ਆਹ ਹੁੰਦੇ ਨੇ ਆਪਣੇ ਕੋਲ ਕਾਰਡ, ਮਤਲਬ ਟਰਾਈ ਕਰ ਸਕਦੇ ਸੀ ਪਰ ਨਹੀਂ ਕਰ ਸਕਦੇ ਅੱਜ ਕੱਲ੍ਹ, ਨਹੀਂ ਕਰ ਸਕਦੇ ਕਿਉਂਕਿ ਬੰਦੇ ਦੀ ID ਚੈੱਕ ਕਰਨੀ ਆ, ਸਿਗਨੇਚਰ ਲੈਣੇ ਨੇ, ਜ਼ਰੂਰੀ ਹੈ ਕਰਨਾ ਇਹ ਵਾਲੇ ਪੈਕੇਜ 'ਤੇ, ਅਤੇ ਆਪਾਂ ਨੂੰ ਮਨਾਈ ਆਪਾਂ ਨਹੀਂ ਕਰ ਸਕਦੇ। ਸੋ ਮੈਂ ਆਹ ਕਾਰਡ ਪਾ ਗਿਆ। ਆਪਣਾ ਇੱਕ ਏਰੀਆ ਹੋ ਗਿਆ ਡਨ, ਇੱਕ ਏਰੀਏ ਦੇ ਪੈਕੇਜ ਹੋਏ ਨੇ ਜਿੱਥੇ ਤੱਕ ਮੇਰਾ ਖਿਆਲ ਆ 42 ਹੋਏ ਨੇ, ਬਿਲਕੁਲ 42 ਹੋ ਗਏ ਨੇ, 48 ਰਹਿ ਗਏ ਨੇ। ਅਤੇ ਇੱਕ ਬੈਡ ਨਿਊਜ਼ ਇਹ ਆ ਵੀ ਕੈਮਰੇ ਦੀ ਹੋ ਗਈ ਆ ਬੈਟਰੀ ਲੋ, ਅਤੇ ਆਪਣੇ ਕੋਲ ਇੱਕੋ ਹੀ ਆ, ਅਤੇ ਨਾਲ ਦੀ ਨਾਲ ਆਪਣਾ ਟਾਈਮ ਹੋ ਗਿਆ ਕੌਫੀ ਦਾ, ਕੌਫੀ ਛਕੀ ਜਾਏਗੀ। Can I have medium double double? Uh-huh. That's everything. 195, thank you. Thank you. ਕਰਦੇ ਨੇ ਆਪਣੇ ਡੈਬਿਟ ਤੋਂ ਪੇ ਬਾਏ ਡੈਬਿਟ। ਥੈਂਕ ਯੂ। ਟਿਮ ਹੋਟਲਸ ਇੱਕੋ ਹੀ ਭੀਜਦੀ ਦਿਹਾੜੀ ਦੀ ਕੌਫੀ, ਅਤੇ ਮੇਰੇ ਲਈ ਇਟ ਹੈਜ਼ ਟੂ ਬੀ ਮੀਡੀਅਮ ਡਬਲ ਡਬਲ। ਧਿਆਨ ਹੈ ਪਹਿਲਾ ਘੁੱਟ ਕੌਫੀ ਦਾ ਜਾਨਲੇਵਾ ਹੋ ਸਕਦਾ, ਕਦੀ ਕਦੀ ਨਾ ਇਹੀ ਬੰਦੇ ਨੇ ਇਹ ਘੋਲ ਕੇ ਨਹੀਂ ਦਿੰਦੇ ਕੌਫੀ, ਅਤੇ ਜਿਹੜਾ ਮਿੱਠਾ ਆ ਕਰੀਮ ਆ ਉਹ ਥੱਲੇ 'ਚ ਡਿੱਗਿਆ ਰਹਿੰਦਾ, ਖਾਸ ਕਰ ਮਿੱਠਾ ਕਰੀਮ ਤਾਂ ਚੱਲ ਘੁਲ ਘੁਲ ਜਾਂਦੀ, ਪਰ ਅੱਜ ਵਧੀਆ ਹੈ, ਅੱਜ ਬੰਦਾ ਜਿਹੜਾ ਵੀ ਸੀ ਅੱਗੇ ਉਹਨੇ ਵਧੀਆ ਤਰੀਕੇ ਨਾਲ ਘੋਲ ਕੇ ਦਿੱਤੀ ਹੈ। ਆਹ ਨਿਕਲ ਹੀ ਆਇਆ ਕਸਟਮ ਪੈਕੇਜ, ਇਹਦੀ ਪਛਾਣ ਆਪਾਂ ਸਿੱਧੀ ਇੱਥੋਂ ਕਰ ਲਈ ਦੀ, ਆਹ ਪੀਲਾ ਜਿਹਾ ਸਟਿੱਕਰ ਲੱਗਾ ਹੁੰਦਾ, ਅਤੇ ਨਾਲ ਆਹ ਰਸੀਟ ਆ ਇਹਦੇ 'ਤੇ ਆ ਲੰਬੀ ਜੀ, ਅਤੇ ਇਹ ਬਾਬੇ ਜਿੱਦਾਂ ਵੀ $37.47 ਬਣੇ ਆ। ਪਰ ਫਿਰ ਉਹੀ ਗੱਲ, ਉੱਦਾਂ ਤਾਂ ਡਿਲੀਵਰ ਕਰਨਾ ਸੀ ਜੇ ਸਭ ਕੁਛ ਨੋਰਮਲ ਹੁੰਦਾ ਨਾ, ਪਰ ਅੱਜ ਕੱਲ੍ਹ ਉਹੀ ਆਪਾਂ ਮਤਲਬ ਅਸੀਂ ਨਹੀਂ ਜਾ ਸਕਦੇ ਉਹਨਾਂ ਕੋਲ, ਅਤੇ ਮੈਂ ਉੱਥੇ ਪੋਸਟ ਆਫਿਸ ਜਮ੍ਹਾਂ ਕਰਾ ਦੇਣਾ ਹੈ, ਅਤੇ ਕਾਰਡ ਆਪਾਂ ਡਿਲੀਵਰ ਕਰ ਆਉਣਾ, ਅਤੇ ਬਸ ਆਪਣਾ ਕੰਮ ਡਨ, ਆਪਣਾ ਕੰਮ ਹੋ ਗਿਆ, ਬਾਕੀ ਉਹ ਜਾਣੇ ਉਹ ਬੰਦਾ ਜਾਣੇ ਅਤੇ ਪੋਸਟ ਆਫਿਸ ਵਾਲੇ ਜਾਣੇ। ਪੈਕੇਜ ਤਾਂ ਆਪਣਾ ਗਿਆ ਨਿੱਪੜ ਸਾਰਾ, ਸਾਰੇ ਵਧੀਆ ਹੋ ਗਿਆ। ਮੈਂ 8:30 ਗਿਆ ਸੀ, 12:15 ਹੋਏ ਨੇ ਹੁਣ, ਜਿਹੜੇ ਕਾਰਡ ਕੀਤੇ ਨੇ ਪਾਰਸਲ ਉਹ ਵਾਲੇ ਪਾਰਸਲ ਆਪਾਂ ਸ਼ੋਪਰਸ ਦੇ ਵਿੱਚ ਪੋਸਟ ਆਫਿਸ ਆ ਉਹਨਾਂ ਨੂੰ
ਜਿਹੜਾ ਆਹ ਸਮਾਨ ਹੈ ਉੱਦਾਂ ਇਹ ਸਮਾਨ ਆਪਾਂ ਵਾਪਸ ਰੱਖ ਕੇ ਆਉਣਾ ਹੁੰਦਾ ਜਿੱਥੋਂ ਚੁੱਕਿਆ ਹੈ। ਕਹਿਣਾ ਪੁਲਿਸ ਦੀ ਪ੍ਰੋਪਰਟੀ ਹੈ, ਆਪਾਂ ਆਪਣੇ ਕੋਲ ਨਹੀਂ ਰੱਖ ਸਕਦੇ, ਅਤੇ ਆਹ ਅਪਾਰਟਮੈਂਟ ਦੀ ਚਾਬੀ ਹੈ ਨਾਲ। ਪਰ ਮੈਨੂੰ ਫਾਇਦਾ ਇਹ ਆ ਵੀ ਮੇਰਾ ਭਰਾ ਕਰਦਾ ਕੰਮ ਕੈਨੇਡਾ ਪੁਲਿਸ ਦੀ ਫੁੱਲ ਟਾਈਮ ਜੋਬ, ਅਤੇ ਆਪਾਂ ਉਹਨੂੰ ਸਮਾਨ ਫੜਾ ਦੇਣਾ। ਦੈਟ ਇਜ਼ ਇਟ, ਇੱਕ ਕੰਮ ਨੂੰ ਡਨ। ਅਤੇ ਘਰ ਜਾਂਦੇ ਹਾਂ, ਰੋਟੀ ਪਾਣੀ ਖਾਂਦੇ ਹਾਂ, ਥੋੜ੍ਹੀ ਬੈਟਰੀ ਚਾਰਜ ਕਰ ਲੈਂਦੇ ਹਾਂ, ਅਤੇ ਫਿਰ ਅਗਲੇ ਕੰਮ 'ਤੇ ਜਾਣਾ ਹੈ। ਉਹ ਵੀ ਦੇਖਦੇ ਹਾਂ ਕੀ ਬਣਦਾ ਹੈ।